ਲੈਂਦੇ ਵਾਲੇ ਚ। ਅੱਛਾ ਜੀ, ਟਾਈਮ ਹੋ ਗਿਆ 6:15 ਦਾ ਅਤੇ ਅੱਜ ਤੁਹਾਨੂੰ ਪਤਾ ਹੈ ਮਰਮ ਦੀ 10 ਅਤੇ ਜਾ ਰਹੇ ਹਾਂ ਜੀ ਕਬਰਸਤਾਨ ਮੈਂ ਅਤੇ ਨਾਲ ਹੈ ਜੀ ਸ਼ਿਰਾਜ਼ ਮਾਜ਼ ਰਹਿਮਾਨ ਅਤੇ ਐਸ ਐਨ ਇਕਬਾਲ। ਆਪਣਾ ਨਾਂ ਦੱਸ। ਮਾਸ਼ਾਅੱਲਾ ਜੀ, ਅੱਜ ਕਬਰਸਤਾਨ ਜਿਹੜਾ ਨਾ ਰੌਣਕਾਂ ਲੱਗੀਆਂ, ਬਹੁਤ ਜ਼ਿਆਦਾ ਬੰਦੇ, ਕਾਫੀ ਤਾਦਾਦ 'ਚ ਮਿੱਟੀ ਪਾਉਣ ਆਏ ਨੇ ਕਬਰਾਂ 'ਚ। ਨਿਆਜ਼ ਵੀ ਵੰਡੀਂਦੀ ਪਈ, ਅਸੀਂ ਵੀ ਆਖਿਆ ਜਿਹੜਾ ਟਾਈਮ ਨਾਲ ਹੀ ਮਿੱਟੀ ਪਾ ਵੀ। ਮਾਸ਼ਾਅੱਲਾ ਜੀ, ਸਾਰਾ ਕਬਰਸਤਾਨ ਅੱਜ ਜਿਹੜਾ ਨਾ ਫਰੈਸ਼ ਫਰੈਸ਼ ਲੱਗ ਰਿਹਾ। ਮਿੱਟੀ ਦੇਖਿਆ ਤਾਜ਼ੀ, ਬੰਦਿਆਂ ਨੇ ਪਾਈ ਤਕਰੀਬਨ ਸਾਰੀਆਂ ਕਬਰਾਂ 'ਤੇ, ਕੋਈ ਚੰਦ ਹੈ ਨਾ ਜਿਹੜੀਆਂ ਰਹਿ ਗਈਆਂ ਨੇ। ਜਿਸ ਤਰ੍ਹਾਂ ਅਸੀਂ ਲੇਟ ਆਏ, ਸਾਡੀਆਂ 4 ਕਬਰਾਂ ਨੇ, ਇਹਨਾਂ 'ਤੇ ਮਿੱਟੀ ਪਾਉਂਦੇ ਹਾਂ ਅਤੇ ਦੂਸਰੀਆਂ ਸਾਰੀਆਂ ਦੇਖਿਆ ਇੱਧਰ ਜਿਹੜਾ ਸਾਰੀਆਂ ਮਿੱਟੀ ਅਤੇ ਫੁੱਲ ਪਏ। ਟਾਈਮ ਹੋ ਗਿਆ 6:45 ਦਾ ਅਤੇ ਜੈਸਾ ਕਿ ਤੁਹਾਨੂੰ ਪਤਾ ਅੱਜ 10 ਮੁਹਰਮ ਦੀ, ਅਤੇ ਮਾਸ਼ਾਅੱਲਾ ਕਬਰਸਤਾਨ ਹੈ ਜਿਹੜਾ ਨਾ ਰੌਣਕਾਂ ਲੱਗੀਆਂ ਨੇ। ਅਸੀਂ ਵੀ ਮਿੱਟੀ ਪਾਉਣ ਆਏ ਹਾਂ ਅਤੇ ਨਾਲ ਹੈ ਜਿਹੜੇ ਨੇ ਬ੍ਰਦਰ, ਇਹ ਵੀ ਲੱਗੇ ਨੇ। ਅਸਲਾਮ ਵਾਲੇਕੁਮ ਜੀ। ਅਲੀ ਹਸਨ, ਕੀ ਹਾਲ? ਠੀਕ ਹੈ। ਸਫਿਆਨ ਸਾਹਿਬ, ਤੁਸੀਂ ਸੁਣਾਓ? ਤਈਬ, ਤੂੰ ਸੁਣਾ? ਠੀਕ ਠਾਕ ਹੈ ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ। ਦੁਆ ਕਰ ਸੜਿਆ ਕਰੋ ਅਤੇ ਕੀ ਮਿੱਟੀ ਹਲੀ ਹੈ, ਲੇਟ ਹੀ ਅੱਜ ਆਏ ਹੋ ਹਲੀ ਸਾਰੀ ਪਾਣੀ 'ਚ? ਲੈਂਦੇ ਵਾਲੇ 'ਚ? ਅੱਛਾ, ਉੱਥੇ ਪਾ ਹੋ ਮਿੱਟੀ? ਮਾਸ਼ਾਅੱਲਾ ਜੀ, ਮਾਸ਼ਾਅੱਲਾ ਜਿਹੜਾ ਨਾ ਆ ਵੀ ਜਿਹੜਾ ਨਾ ਮਿੱਟੀ ਪੈ ਹੀ ਜਾਏ ਅਤੇ ਇਹ ਘਾਹ ਜਿਹੜਾ ਨਾ, ਕਿਉਂਕਿ ਬਾਰਿਸ਼ਾਂ ਕੀ ਸਾਡੇ ਵੱਲ ਅਲਹਮਦੁਲਿਲਾ ਟਾਈਮ ਨਾਲ ਹੀ ਸ਼ੁਰੂ ਹੋਈਆਂ ਨੇ, ਇਸ ਵਜ੍ਹਾ ਤੋਂ ਘਾਹ ਦੇਖਿਆ ਜੀ ਜਿਹੜਾ ਨਾ ਬਹੁਤ ਜ਼ਿਆਦਾ ਕਬਰਸਤਾਨ ਸਾਰੇ ਜੋ ਹੋਏ ਆ। ਅੱਛਾ, ਪਿਛਲੇ ਸਾਲ ਜ਼ਿਆਦਾ? ਅੱਛਾ ਜੀ, ਉਹ ਫਿਰ ਮੁਸ਼ਕਲ ਟਾਈਮ ਲੱਗਦਾ ਜ਼ਿਆਦਾ। ਆ ਇੱਕੋ ਸਮਝੋ ਨਾ, ਘਾਹ ਜਿਹੜਾ ਘਾਹੀ ਨੇ ਕਵਰ ਕੀਤੀ ਹੁੰਦੀ ਅਰਸ਼ ਸਫਾਈ ਹੋ ਗਈ ਕਾਫੀ ਕਬਰਸਤਾਨ ਕਾਫੀ ਬਿਹਤਰ। ਇਹ ਬਾਰਿਸ਼ਾਂ ਜਿਹੜੀਆਂ ਹੋਣੀ ਸਰ, ਉਹਦੇ ਨਾਲ ਹੀ ਹੋਇਆ, ਪਹਿਲਾਂ ਤਾਂ ਆਹੀ ਕੋਈ ਨਾ ਬਿਲਕੁਲ। ਫਿਰ ਵੀ ਇੱਕ ਵਾਰੀ ਸਫਾਈ ਹੋ ਗਏ ਤੇ ਮਿੱਟੀ ਪੈ ਜਾਏ ਨਾ ਤੇ ਫਿਰ ਸਾਲ ਜਿਹੜਾ ਉਹ ਕਬਰ ਜਿਹੜੀ ਹੈ ਨਾ ਉਹ ਠੀਕ ਰਹਿੰਦੀ ਬਰਾਬਰ। ਪੂਰਾ ਸਾਵਣ ਦਾ ਮਹੀਨਾ ਜਿਹਾ। ਮਾਸ਼ਾਅੱਲਾ ਜੀ, ਜਿਹੜਾ ਨਾ ਅੱਜ ਕਬਰਸਤਾਨ ਪੂਰੇ 'ਚ ਰੌਣਕਾਂ ਲੱਗੀਆਂ ਨੇ ਸੁਬਹ ਤਾਈ, ਤੇ ਮੈਂ ਤੇ ਗਿਆ ਬਾਹਰ ਮਾਲ ਲੈ ਕੇ ਤੇ ਹੁਣ ਆਇਆ ਤੇ ਹੁਣ ਨਿੱਕਿਆਂ ਨੂੰ ਲਿਆਂਦਾ, ਨਿੱਕੇ ਲੱਗੇ ਨੇ ਉੱਧਰ ਆਪਣੀਆਂ ਕਬਰਾਂ ਵੱਲ। ਗਰਮੀ ਦੇ ਐਂਡ ਸੀ ਨਾ ਅੱਜ 10 ਮੁਹਰਮ ਆ। ਹੋਰ ਅਲੀ ਹਸਨ, ਸੁਣਾ ਠੀਕ ਠਾਕ? ਪਾਏ ਮਿੱਟੀ? ਅੱਛਾ, ਮਾਸ਼ਾਅੱਲਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਰਹਿਮਤੁਲ੍ਲਾਹ ਵਬਰਕਾਤ। ਉਮੀਦ ਹੈ ਸਾਰੇ ਦੋਸਤ ਠੀਕ ਠਾਕ ਹੋ, ਦਿਲ ਦਾ ਸ਼ੁਕਰ ਮੈਂ ਵੀ ਠੀਕ ਠਾਕ, ਅੱਲਾ ਦਾ ਨਾਂ ਲੈ ਕੇ ਅੱਜ ਦੀ ਵੀਡੀਓ ਕਰਨੀ ਹੈ ਸ਼ੁਰੂ। ਅੱਛਾ ਜੀ, ਦਿਨ ਹੈ ਅੱਜ ਵੈਨਸਡੇ ਦਾ, 17 ਜੁਲਾਈ 2024, 10 ਮੁਹਰਮ ਹੈ ਅਤੇ ਗਰਮੀ ਜਿਹੜਾ ਨਾ ਤੁਹਾਨੂੰ ਪਤਾ ਜਿਹੜੇ ਪ੍ਰੀਵੀਅਸ 2-3 ਦਿਨ ਗੁਜ਼ਰੇ ਨੇ ਉਹਨਾਂ 'ਚ ਵੀ ਬਹੁਤ ਜ਼ਿਆਦਾ ਪਈ ਅਤੇ ਅੱਜ 10 ਮੁਹਰਮ ਹੈ ਅਤੇ ਅੱਜ ਵੀ ਜਿਹੜਾ ਨਾ ਸਹੀ ਗਰਮੀ ਜਿਹੜਾ ਪੈਂਦੀ ਪਈ। ਮੌਸਮ 3 ਬਣੇ ਆ, ਅਬਰਾ ਲੂ ਜਿਹਾ ਅਤੇ ਬਰਲ ਜਿਹੜਾ ਸੂਰਜ ਨਾ ਨਿਕਲੇ ਆ ਅਤੇ ਸਹੀ ਸੇਕ ਬਣਾਏ ਆ, ਸੁਭਾਸ਼ ਆ ਬਿਲਕੁਲ ਬੰਦ। ਖੂਬਸੂਰਤ ਦਿਨ ਦਾ ਆਗਾਜ਼ ਹੋ ਗਿਆ, ਮਜ਼ਾ ਆਉਣੇ ਛੱਪੜੇ ਦੇ ਨੇੜੇ ਪਹੁੰਚ ਗਈਆਂ। ਅੱਛਾ ਜੀ, ਟਾਈਮ ਹੋ ਗਿਆ 9:30 ਦਾ ਅਤੇ ਮਾਲ ਜਿਹੜਾ ਨਾ ਛੱਪੜੇ 'ਚ ਮੈਂ ਕੱਢ ਕੇ ਲੈਣ ਦਿਆ, ਮਾਲ ਦੇਖਿਆ ਚੁਗਦਾ ਪਿਆ। ਅਤੇ ਇਹ ਦਿਹਾੜੇ ਜਿਹੜੇ ਹੁੰਦੇ ਨੇ ਨਾ ਸਾਵਣ ਭਾਦਰੇ ਦੇ 2 ਮਹੀਨੇ, ਜੇ ਅੱਲਾ ਪਾਕ ਸਹੀ ਬਾਰਿਸ਼ਾਂ ਕਰੇ, ਸਮਝੋ ਮੂਨਸੂਨ ਸਹੀ ਲੱਗੇ ਅਤੇ ਮਾਲ ਡੰਗਰ ਦੀ ਇਹ ਦਿਹਾੜੇ ਸਮਝੋ ਈਦ ਹੁੰਦੀ ਹੈ,
क्योंकि अवरियाणा का जिहड़ा घाह है ना वो इन्हां वास्ते डंगरां वास्ते बहुत ही मज़ेदार और इनू जिहड़ा घाह नूं मिठा हुंदा शौक नाल डंगर जिहड़ा खांदे ने। जिहड़ी बैठी जगह हुंदी उत्थे ते नहीं इन्ना माल खुश हो गया अजकल चुगदा है, ते इह दिहाड़े डंगर वरियाला विच भावें छोटा छोटा होवे ना घाह, इह देखे हुण छोटा छोटा है नहीं, ते फिर भी खुश हो गए डंगर जिहड़ा खांदे ने। ते बारिशां अलहमदुलिल्लाह जिहड़ा ना टाइम नाल शुरू हो गई हिहाड़ विच जिहड़ा ना बारिशां, तुहानूं पता है इधर साडे वाली साइड गुजरात एरिए जिहड़ा काफ़ी बारिशां अच्छियां होईयां ने। बरल जदों का सावन स्टार्ट होया उदों दीआं बारिशां बिल्कुल जिहड़ा ने एक भी नहीं हुई है अभी, ते इस वजह तों ज़मीनां जिहड़ियां ने ज़्यादातर ते बिजाई हो गई गड्ढ कीतीआं ने, ते जिहड़ियां रहिंदीआं सी ओह विच विच ओह भी जिहड़ियां ने उंज वाह कीतीआं ने। पर अलहमदुलिल्लाह विच विच जिहड़ा वरियाला पईआं ने ते माल डंगर चुगदे पए ने, ते जे अल्लाह पाक बारिशां करे समझो ऐ सावन दा महीना, ते फिर घाह जिहड़ा ਉਹ ਮਾਲ ਡੰਗਰ ਨੂੰ ਫਾਲਤੂ ਸਮਝੋ ਐਕਸਟਰਾ ਹੋ ਜਾਂਦਾ ਖਾਣ ਨਹੀਂ ਇਹਨਾਂ ਕੋਲ ਆਉਂਦਾ, ਅਤੇ ਜੇ ਬਾਰਿਸ਼ਾਂ ਨਾ ਹੋਣ ਤਾਂ ਫਿਰ ਜਿਹੜਾ ਆਉਂਦਾ ਉਹ ਵੀ ਅੱਜ ਕੱਲ੍ਹ ਜਿਹੜੀ ਗਰਮੀ ਸਹਿ ਕੇ ਉਹ ਮੁਰਝਾ ਜਾਂਦਾ ਸੁੱਕ ਜਾਂਦਾ, ਅਤੇ ਅੱਲਾਹ ਪਾਕ ਨੇ ਬਾਰਿਸ਼ਾਂ ਕਰਨੀਆਂ ਨੇ ਸਾਵਣ ਲਾਉਣਾ, ਅਤੇ ਫਿਰ ਜਿਹੜਾ ਨਾ ਇਹ ਜਿਹੜੀਆਂ ਸਮਝੋ ਵਗੀਆਂ ਨੇ ਨਾ ਇਹ ਵੀ ਵਿਦ ਇਨ ਵੀਕ ਜੇ ਬਾਰਿਸ਼ਾਂ ਹੋਣ ਕੰਟੀਨਿਊ ਲਗਾਤਾਰ, ਅਤੇ ਫਿਰ ਇੱਥੇ ਵੀ ਘਾਹ ਇਸੇ ਤਰ੍ਹਾਂ ਹੀ ਜਿਹੜਾ ਨਾ ਹੋ ਜਾਂਦਾ। ਦੇਖੋ ਹਾਂਜੀ ਖੂਬਸੂਰਤ ਵਿਊ, ਦੇਖਿਆ ਜਿੱਥੇ ਜ਼ਮੀਨਾਂ ਵਾਲੀ ਨੀਂਹ ਵਗੀਆਂ ਉੱਥੇ ਬਹੁਤ ਹੀ ਪਿਆਰੀ ਹਰਿਆਲੀ ਹੈ, ਜਿੱਥੇ ਵਗ ਗਈਆਂ ਨੇ ਉੱਥੇ ਬਿਲਕੁਲ ਜਿਹੜਾ ਮਿੱਟੀ ਮਿੱਟੀ ਨਜ਼ਰ ਪੈ ਆਉਂਦੀ। ਅਤੇ ਅਲਹਮਦੁਲਿਲਾ ਪਹਿਲਾਂ ਜਿਸ ਵੇਲੇ ਮੈਂ ਮਾਲ ਖੋਲਿਆ ਜਾਂ ਸੁਬਾਹ ਦਾ ਬਹੁਤ ਜ਼ਿਆਦਾ ਸੇਕ ਬਣਿਆ, ਅਤੇ ਹੁਣ ਜੀ ਮਾਸ਼ਾਅੱਲਾ ਜਿਹੜਾ ਨਾ ਬਹੁਤ ਹੀ ਜ਼ਬਰਦਸਤ ਸੋਹਣੀ ਵਾਹ ਵੀ ਚੱਲਦੀ ਚੁਲਦੀ ਹੈ, ਕਿਉਂਕਿ ਐਵੇਂ ਹੁਣ ਮੈਂ ਮੈਦਾਨ 'ਚ ਪਹਿਲਾਂ ਤਾਂ ਮੈਂ ਉੱਥੋਂ ਰਸਤੇ ਵਿੱਚੋਂ ਜਿਹੜਾ ਨਾ ਸਮਝੋ ਉਹ ਜਿਹੜੀ ਵਾੜ ਦਿੱਤੀ ਦੁਆਲੇ ਪਾਏ ਦੇ ਉਹ ਕੰਧਾਂ ਹੀ ਬਣੀਆਂ ਹੁੰਦੀਆਂ, ਉੱਥੇ ਤਾਂ ਵਾਹ ਹੋਵੇ ਵੀ ਤਾਂ ਨਹੀਂ ਲੱਗਦੀ ਨਹੀਂ ਮਹਿਸੂਸ ਹੁੰਦੀ, ਅਤੇ ਇੱਥੇ ਹੁਣ ਮੈਦਾਨ 'ਚ ਅਲਹਮਦੁਲਿਲਾ ਵਾਹ ਵੀ ਚੰਗੀ ਝੁਲਦੀ ਪਈ ਹੁਣ, ਅਤੇ ਸੋਹਣਾ ਜਿਹੜਾ ਨਾ ਮੌਸਮ ਬਿਹਤਰੀਨ ਫਿਲਹਾਲ, ਕਿਉਂਕਿ ਗਰਮੀ ਤਾਂ ਥੋੜ੍ਹੀ ਆਈ ਜ਼ਾਹਿਰ ਸੂਰਜ ਜਾਂ ਮੌਸਮ ਗਰਮੀ ਦਾ, ਪਰ ਵਾਹ ਚੱਲਦੀ ਹੋਵੇ ਤਾਂ ਫਿਰ ਇਤਨਾ ਮਹਿਸੂਸ ਨਹੀਂ ਹੁੰਦੀ ਗਰਮੀ ਹੈ। ਉੱਥੇ ਬਾਰਿਸ਼ ਤਾਂ ਨਹੀਂ ਹੋਇਆ ਪਰ ਖੁਦ ਦੇ ਬਣੇ ਆ ਬਾਰਿਸ਼ ਵਾਲਾ। ਅੱਲਾਹ ਦਾ ਸ਼ੁਕਰ, ਤੁਸੀਂ ਸੁਣਾਓ ਸਿੱਧਾਂ 'ਚ ਬਈ ਠੀਕ ਠਾਕ ਨੇ? ਵਾਹ ਅੱਲਾਹ ਨੇ ਝੋਲੀ ਹੈ, ਨੇਰੀ ਨੇ ਢੇਰ ਤਬਾਹੀਆਂ ਮਚਾਈਆਂ ਨੇ, ਮੈਂ ਕਿੱਡਾ ਡਾਲਾ ਲਾਗ ਸੱਟਿਆ। ਅੱਛਾ ਜੀ, ਸੁਬਾਹ ਤੋਂ ਲੈ ਕੇ 2 ਵਜੇ ਤਾਈਂ ਤਾਂ ਬਹੁਤ ਜ਼ਿਆਦਾ ਗਰਮੀ ਰਹੀ ਅਤੇ ਸੇਕ, ਉਸ ਤੋਂ ਬਾਅਦ ਜਿਹੜਾ ਨਾ ਮੌਸਮ ਠੀਕ ਹੋ ਗਿਆ, ਵਾਸ਼ਾ ਚੱਲਦੀ ਸੀ, ਹੁਣ ਅਲਹਮਦੁਲਿਲਾ ਜਿਹੜਾ ਨਾ ਬਾਰਿਸ਼ ਵੀ ਬਣੀ ਹੈ ਲੈਂਦੇ ਸਾਈਡ, ਅਤੇ ਵਾਹ ਵੀ ਠੰਡੀ ਵੀ ਚੁਲਦੀ, ਕਾਫੀ ਬਿਹਤਰ ਹੋ ਗਿਆ ਮੌਸਮ ਹੁਣ, ਪਿਛਲੇ ਟਾਈਮ ਹੋ ਗਿਆ ਤਕਰੀਬਨ 4:45 ਵਜੇ ਆਉਣਾ ਨੇ ਕੋਈ ਛੱਪੜੇ 'ਚ ਬੜੀਆਂ ਹੋ ਗਿਆ 5:15 ਦਾ, ਅਤੇ ਮਾਲ ਜਿਹੜੇ ਨੇ ਨਾ ਆ ਰਹੇ ਨੇ ਛੇੜੂ ਲੈ ਕੇ ਮੇਰੇ ਨਾਲ ਹੈ ਅਬਦੁੱਲਾ। ਅਬਦੁੱਲਾ ਕੀ ਹਾਲ ਹੈ? ਠੀਕ ਠਾਕ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ? ਅਲਹਮਦੁਲਿਲਾ ਅੱਲਾਹ ਦਾ ਸ਼ੁਕਰ, ਗਰਮੀ ਕਿ ਜ਼ਿਆਦਾ ਨਹੀਂ ਪੈ ਰਹੀ ਹੈ? ਗਰਮੀ ਚੰਗੀ ਭਲੀ ਪੈ ਰਹੀ, ਬੱਦਲ ਦੱਸਿਆ ਬੱਦਲ ਬਣੇ ਆ ਪਰ ਫਿਰ ਸੂਰਜ ਨਿਕਲ ਆਇਆ। ਅੱਛਾ ਜੀ, ਗਰਮੀ ਆ ਜਿਹੜਾ ਜੈਸਾ ਕਿ ਤੁਹਾਨੂੰ ਦੱਸਿਆ ਬਹੁਤ ਜ਼ਿਆਦਾ ਪਈ, ਇਹ ਨਹੀਂ ਸਿਰਫ ਅੱਜ, ਪ੍ਰੀਵੀਅਸ ਜਿਹੜੇ 2-3 ਗੁਜ਼ਰੇ ਨੇ ਦਿਨ, ਕਿਉਂਕਿ ਅੱਜ 10 ਮੁਹਰਮ ਦੀ ਆਈ ਅਤੇ ਅੱਜ ਜਿਹੜਾ ਨਾ ਐਂਡ ਆ ਗਰਮੀ ਦਾ ਤਕਰੀਬਨ 2 ਵਜੇ ਤਾਈਂ, 2 ਵਜੇ ਤਾਈਂ ਜ਼ਿਆਦਾ ਪਈ ਹੈ ਨਾ, ਉਸ ਤੋਂ ਬਾਅਦ ਵਾਹ ਵੀ ਝੁਲ ਪਈ ਹੈ, ਅਤੇ ਅੱਗੋਂ ਮੌਸਮ ਜਿਹੜਾ ਨਾ ਕਾਫੀ ਚੇਂਜ ਹੋ ਗਿਆ, ਬੱਦਲ ਵੀ ਇੱਧਰ ਲੈਂਦੇ ਬਣੇ ਆ, ਅਤੇ ਹੁਣ ਜਾ ਰਹੇ ਹਾਂ ਜੀ ਕਾਰ, ਜਾ ਕੇ ਪੀਂਦੇ ਹਾਂ ਇਨਸ਼ਾਅੱਲਾ ਜੀ ਸ਼ਿਕੰਜਵੀ, ਅਤੇ ਠੰਡੇ ਹੁੰਦੇ ਹਾਂ ਇੱਕ ਵਾਰ। ਕਿਉਂ ਅਬਦੁੱਲਾ, ਜਾਮਨੂੰ ਪੱਕੇ ਨੇ? ਖਾਧੇ ਨਹੀਂ ਕੋਣੀ? ਖਾਧੇ ਨੇ। ਅੱਛਾ, ਇਹ ਜੀ ਮਾਸ਼ਾਅੱਲਾ ਜਾਮਨੂੰਆਂ ਦਾ ਬੂਟਾ ਚੰਗਾ ਵੱਡਾ, ਹੋਰ ਵੀ ਕਾਫੀ ਬੂਟੇ ਨੇ ਉੱਧਰ ਵੀ ਅੱਗੇ ਵੀ, ਅਤੇ ਜਾਮਨੂੰਆਂ ਦਾ ਤੁਹਾਨੂੰ ਪਤਾ ਬਾਰਿਸ਼ ਹੁਣ ਹੋ ਗਿਆ ਨਾ ਠੀਕ ਹੋ ਜਾਏ।